ਪੰਜਾਬ ਦੀ ਸਿਆਸਤ ਦੇ ਵਿੱਚ ਸਿੱਧੇ ਤੌਰ 'ਤੇ ਬਾਦਲਾਂ ਦੇ ਖਿਲਾਫ ਝੰਡਾ ਚੁੱਕਣ ਵਾਲੇ ਸੁਖਦੇਵ ਢੀਂਡਸਾ ਨੇ ਹੁਣ ਦਿੱਲੀ ਦੇ ਵਿੱਚ ਵੀ ਅਲੱਗ ਤਰੀਕੇ ਨਾਲ ਇੱਕ ਗੁੱਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤਰ੍ਹਾਂ ਕੁਛ ਪਿਛਲੇ ਕੁਛ ਦਿਨਾਂ ਦੇ ਵਿੱਚ ਚੀਜ਼ਾਂ ਹੋਈਆਂ ਨੇ, ਅਗਰ ਗੱਲ ਕਰੀਏ ਦਿੱਲੀ ਕਮੇਟੀ ਦੇ ਪੂਰਵ ਪ੍ਰਧਾਨ ਮਨਜੀਤ ਸਿੰਘ ਜੀ ਕੇ ਰੋਜ਼ ਮੀਟਿੰਗਾਂ ਕਰ ਰਹੇ ਨੇ, ਇਹਦੇ ਨਾਲ ਨਾਲ ਕੱਲ੍ਹ ਹੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਚਮਨ ਸਿੰਘ, ਉਹਨਾਂ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ, ਉਹਨਾਂ ਨੂੰ ਸਿਰੋਪੇ ਪਾ ਕੇ ਆਪਣੇ ਨਾਲ ਲਿਆ ਗਿਆ। ਕੁਲਦੀਪ ਸਿੰਘ ਭੋਗਲ ਜਿਹੜੇ ਨੇ ਅਕਾਲੀ ਦਲ ਦਾ ਵੱਡਾ ਨਾਮ ਰਹੇ ਨੇ, ਉਹਨਾਂ ਨੂੰ ਵੀ ਆਪਣੇ ਨਾਲ ਲੈ ਲਿਆ ਹੈ ਅਤੇ ਹੋਰ ਵੀ ਕਈ ਮੈਂਬਰ ਨੇ। ਜਿਸ ਤਰ੍ਹਾਂ ਅਸੀਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦੂਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਿਹੜੇ ਅਧਿਆਕਸ਼ ਨੇ ਪਰਮਜੀਤ ਸਿੰਘ ਸਰਨਾ, ਉਹ ਅੰਮ੍ਰਿਤਸਰ ਪਹੁੰਚੇ ਸੀ ਟਕਸਾਲੀਆਂ ਦੇ ਪ੍ਰੋਗਰਾਮ ਦੇ ਵਿੱਚ, ਅਤੇ ਇੱਕ ਅਲੱਗ ਤਰੀਕੇ ਦਾ ਇੱਕ ਗੁੱਟ ਬਣ ਰਿਹਾ ਹੈ ਜਿਹਦੇ ਵਿੱਚ ਕਾਫੀ ਮੈਂਬਰ ਉਹ ਰੱਖੇ ਜਾ ਰਹੇ ਨੇ ਜਿਹੜੇ ਕਿ ਦਿੱਲੀ ਤੋਂ ਅਕਾਲੀ ਦਲ ਤੋਂ ਖਫਾ ਨੇ, ਕਿਉਂਕਿ ਇੱਕ ਸੂਤਰ ਦੀ ਮੰਨੀਏ ਤਾਂ ਕਾਫੀ ਮੈਂਬਰ ਜਿਹੜੇ ਨੇ, ਕਾਫੀ ਅਕਾਲੀ ਦਲ ਦੇ ਨੇਤਾ ਜਿਹੜੇ ਨੇ ਇਸ ਵਕਤ ਨਾਰਾਜ਼ ਚੱਲ ਰਹੇ ਨੇ, ਤਾਂ ਉਹਨਾਂ ਨੂੰ ਨਾਲ ਲੈਣ ਦੀ ਕਵਾਇਦ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਅਲੱਗ ਗੁੱਟ ਬਣ ਚੁੱਕਿਆ ਜੇ ਟਕਸਾਲੀ ਅਕਾਲੀ ਜਿਹੜਾ ਨਾਂ ਦਿੱਤਾ ਗਿਆ, ਉਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਇੱਕ ਅਲੱਗ ਗੁੱਟ ਤਿਆਰ ਹੋਣ ਦੀ ਕਵਾਇਦ ਦੇ ਵਿੱਚ ਹੈ, ਕਿਉਂਕਿ ਇੱਥੇ ਜ਼ਰੂਰ ਦੇਖਿਆ ਜਾਏ ਕਿ 2021 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ, ਤਾਂ ਉਸ ਤੋਂ ਪਹਿਲਾਂ ਜਿਹੜੇ ਕਾਫੀ ਆਪਣੇ ਟਾਈਮ ਦੇ ਵਿੱਚ ਵੱਡੇ ਨਾਮ ਸੀਗੇ, ਭਾਵੇਂ ਮਨਜੀਤ ਸਿੰਘ ਜੀ ਕੇ ਹੋਣ ਜਾਂ ਭੋਗਲ ਹੋਣ ਜਾਂ ਸਰਨਾ ਜਿਸ ਤਰ੍ਹਾਂ ਹੋਣ, ਉਹਨਾਂ ਨੂੰ ਇਕੱਠੇ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪਣੇ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਜ਼ਰੂਰ ਇਸ ਗੁੱਟਬਾਜ਼ੀ 'ਚ ਲੱਗੇ ਹੋਏ ਨੇ, ਆਪਣਾ ਇੱਕ ਅਲੱਗ ਗੁੱਟ ਬਣਾ ਰਹੇ ਨੇ, ਪਰ ਇਹਨਾਂ ਦੇ ਜਿਹੜੇ ਪੁੱਤਰ ਨੇ ਪਰਮਜੀਤ ਸਿੰਘ ਢੀਂਡਸਾ, ਉਹ ਜ਼ਰੂਰ ਹਾਲੇ ਆਪਣੇ ਆਪ ਨੂੰ ਦੂਰੀ ਬਣਾ ਕੇ ਰੱਖੀ, ਨਾ ਉਹ ਅਕਾਲੀਆਂ ਦੇ ਪੱਖ 'ਚ ਜਾ ਰਹੇ, ਨਾ ਉਹਨਾਂ ਦੇ ਪ੍ਰੋਗਰਾਮ 'ਚ ਜਾ ਰਹੇ, ਨਾ ਟਕਸਾਲੀਆਂ ਦੇ ਪ੍ਰੋਗਰਾਮ 'ਚ ਆ ਰਹੇ ਨੇ, ਉਹਨਾਂ ਨੇ ਜ਼ਰੂਰ ਦੂਰੀ ਬਣਾ ਕੇ ਰੱਖੀ ਹੈ, ਧਰਮ ਸੰਕਟ 'ਚ ਉਹ ਵੀ ਪਏ ਹੋਏ ਨੇ। ਪਰ ਇੱਕ ਗੱਲ ਜ਼ਰੂਰ ਦੇਖਣ ਵਾਲੀ ਇਹਦੇ ਵਿੱਚ ਹੋਏਗੀ ਕਿ ਪਿਛਲੇ ਕੁਛ ਦਿਨਾਂ ਤੋਂ ਜਿਸ ਤਰ੍ਹਾਂ ਅਵਾਰਡ ਨਾਲ ਵੀ ਨਵਾਜਿਆ ਗਿਆ ਬੀਜੇਪੀ ਸਰਕਾਰ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ, ਅਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਹਿਲਾਂ ਹਮਲੇ ਨਹੀਂ ਕੀਤੇ ਜਾਂਦੇ ਸੀ, ਫਿਰ ਡਾਇਰੈਕਟ ਹਮਲੇ ਸਰਕਾਰਾਂ 'ਤੇ ਕਰਨਾ, ਅਕਾਲੀਆਂ 'ਤੇ ਕਰਨਾ ਸ਼ੁਰੂ ਕਰ ਦਿੱਤੇ ਗਏ, ਅਤੇ ਹੁਣ ਜਿਹੜੇ ਜੇ ਨਾਰਾਜ਼ ਬੈਠੇ ਨੇ ਉਹਨਾਂ ਸਾਰੇ ਨਾਰਾਜ਼ ਮੈਂਬਰਾਂ ਨਾਲ ਜਾਂ ਅਕਾਲੀ ਨੇਤਿਆਂ ਨਾਲ ਮਿਲ ਕੇ ਉਹਨਾਂ ਦੇ ਨਾਲ ਮੀਟਿੰਗਾਂ ਕਰਨਾ, ਕੁਛ ਨਾ ਕੁਛ ਜ਼ਰੂਰ ਦਰਸਾ ਰਿਹਾ ਕਿ ਕੁਛ ਵੱਡਾ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਹੋਣ ਵਾਲਾ ਹੈ, ਦਿੱਲੀ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਹੀ। ਦਿੱਲੀ ਤੋਂ ਕੈਮਰਾ ਵਿਲਕਸ਼ਣ ਨਾਲ ਨਿਤਿਨ ਦੇਵਾਨ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।